प्यारे बच्चों आज हम करेंगे मॉडल टेस्ट पेपर 1 इंग्लिश क्लास 5th सबसे पहले ना ਤੁਹਾਨੂੰ ਕੰਪਰੀਹੈਂਸ਼ਨ ਆਏਗਾ ਕੰਪਰੀਹੈਂਸ਼ਨ ਦਾ ਮਤਲਬ ਹੁੰਦਾ ਕਿ ਇੱਕ ਪੈਰਾ ਦਿੱਤਾ ਹੁੰਦਾ ਤੇ ਪੈਰੇ ਦੇ ਵਿੱਚੋਂ ਤੁਸੀਂ ਇਹ ਠਾ ਕੁਐਸਚਨ ਦਿੱਤੇ ਹੁੰਦੇ ਉਹਨਾਂ ਨੂੰ ਫਾਈਂਡ ਆਊਟ ਕਰਨਾ ਜਿਵੇਂ ਬੱਚੇ ਦੇਖੋ ਸੈਕਸ਼ਨ A ਦੇ ਵਿੱਚ ਆਪਾਂ ਪਹਿਲਾ ਪੈਰਾ ਪੜ੍ਹਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਪੜੀਦਾ ਆ ਸਭ ਤੋਂ ਪਹਿਲੇ ਦੇਖੋ ਮਿਲਖਾ ਸਿੰਘ ਆਲਸੋ ਵਨ 골ਡ ਮੈਡਲ ਇਨ ਏਸ਼ੀਅਨ ਗੇਮਸ ਹੁਣ ਤੁਸੀਂ ਇਹਨੂੰ ਅੰਡਰਲਾਈਨ ਕਰ ਲਓ ਕਿ ਮਿਲਖਾ ਸਿੰਘ ਆ ਤੇ ਏਸ਼ੀਅਨ ਗੇਮਸ ਵਿੱਚ ਖੇਡਿਆ ਉਹਨੇ ਹੈਲਡ ਇਨ ਟੋਕੀਓ ਬੀਟਿੰਗ ਦਾ ਪਾਕਿਸਤਾਨੀ ਰਨਰ ਅਬਦੁੱਲ ਖਲੀਫ ਹੀ ਵਾਸ ਇਨਵਾਈਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਉਹਨੂੰ ਕਿਸ ਨੇ ਇਨਵਾਈਟ ਕੀਤਾ ਸੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਬਟ ਹੀ ਡਿਡ ਨਟ ਵਾਂਟ ਟੂ ਗੋ ਪਰ ਉਹ ਜਾਣਾ ਨਹੀਂ ਚਾਹੁੰਦਾ ਬਿਕਾਜ਼ ਆਫ ਦਾ ਬਿਟਰ ਮੈਮਰੀਜ਼ ਆਫ ਪਾਰਟੀਸ਼ਨ ਪਾਰਟੀਸ਼ਨ ਸੀਗਾ ਦੇਸ਼ ਦੀ ਵੰਡ ਕਿਉਂਕਿ ਦੇਸ਼ ਦੀ ਵੰਡ ਵੇਲੇ ਨਾ ਉਹਦੀਆਂ ਬਹੁਤ ਸਾਰੀਆਂ ਕੌੜੀਆਂ ਜਾਂਦਾ ਸੀਗੀਆਂ ਇਸ ਕਰਕੇ ਉਹ ਪਾਕਿਸਤਾਨ ਜਾਣਾ ਨਹੀਂ ਸਿਚਾਉਂਦਾ ਐਟ ਲਾਸਟ ਪਿਟ ਪੰਡਤ ਜਵਾਹਰ ਲਾਲ ਨਹਿਰੂ ਕਨਵੀਨੀਅੰਸਡ ਹਿਮ ਟੂ ਗੋ ਤੇ ਲਾਸਟ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਕਨਵੀਨੀਅੰਸ ਕਰਾਇਆ ਉਹਨਾਂ ਨੂੰ ਮਨਾਇਆ ਕਿ ਉਹ ਪਾਕਿਸਤਾਨ ਜਾਣ ਬੱਚਿਓ ਅਸਟਰੀਕ ਇਹਨਾਂ ਨਾਲ ਨਾ ਪਹਿਲੇ ਨਾ ਪੈਰਾ ਪੜ ਪੜ ਲੈਣਾ ਉਹਦੀ ਇਕੱਲੇ-ਕੱਲੀ ਜਿਹੜੀ ਲਾਈਨ ਹੈ ਨਾ ਉਹਦੀ ਪੰਜਾਬੀ ਨੂੰ ਸਮਝ ਲੈਣਾ ਤੇ ਫਿਰ ਉਹ ਚੋਂ ਮੇਨ-ਮੇਨ ਜਿਹੜੇ ਚੀਜ਼ਾਂ ਹਨ ਉਹਨਾਂ ਨੂੰ ਅੰਡਰਲਾਈਨ ਕਰ ਲੈਣਾ ਹੁਣ ਅਸੀਂ ਅੰਡਰਲਾਈਨ ਕੀਤਾ ਆ ਕਿ ਮਿਲਖਾ ਸਿੰਘ ਸੀ ਜਿਨ੍ਹਾਂ ਨੇ ਖੇਡਿਆ ਸੀ ਏਸ਼ੀਅਨ ਗੇਮਸ ਦੇ ਵਿੱਚ ਖੇਡਿਆ ਸੀਗਾ ਤੇ ਉਹਨਾਂ ਨੂੰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਇਨਵਾਈਟ ਕੀਤਾ ਸੀ ਤੇ ਉਹ ਮੰਨੇ ਨਹੀਂ ਸੀਗੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਮਨਾਇਆ ਸੀ ਹੁਣ ਬੱਚਿਓ ਦੇਖਿਓ ਕੁਐਸਚਨਸ ਪਹਿਲਾ ਕੁਐਸਚਨ ਹੈਗਾ ਇਨ ਵਿੱਚ ਗੇਮਸ ਡਿਡ ਮਿਲਖਾ ਸਿੰਘ ਵਿਨ 골ਡ ਮੈਡਲ ਕਿਹੜੀ ਗੇਮ ਵਿੱਚ ਕਿਹੜੀਆਂ ਗੇਮਸ ਵਿੱਚ ਮਿਲਖਾ ਸਿੰਘ ਨੇ 골ਡ ਮੈਡਲ ਜਿੱਤਿਆ ਸੀ ਤੇ ਬੱਚਿਓ ਜਿਹੜਾ ਆਪਾਂ ਫਰਸਟ ਪੁਆਇੰਟ ਪੜਿਆ ਸੀਗਾ ਕਿੱਥੇ ਭਲਾ ਏਸ਼ੀਅਨ ਗੇਮਸ ਹੂ ਇਨਵਾਈਟਡ ਮਿਲਖਾ ਸਿੰਘ ਇਹ ਵੀ ਤੁਹਾਨੂੰ ਪਤਾ ਕੌਣ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਤੇ ਨੈਕਸਟ ਕੁਐਸਚਨ ਹੈਗਾ ਹੂ ਕਨਵੀਨਸਡ ਹਿਮ ਟੂ ਗੋ ਟੂ ਪਾਕਿਸਤਾਨ ਤੇ ਜਦੋਂ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦੇ ਤੇ ਕਿੰਨਾਂ ਨੇ ਉਹਨਾਂ ਨੂੰ ਮਨਾਇਆ ਸੀ ਪੰਡਤ ਜਵਾਹਰ ਲਾਲ ਨਹਿਰੂ ਇਸ ਕਰਕੇ ਅਸੀਂ ਬੀ ਦੇ ਉੱਤੇ ਟਿੱਕ ਲਾਵਾਂਗੇ ਇਸ ਤਰੀਕੇ ਨਾਲ ਬੱਚਿਓ ਤੁਸੀਂ ਜਿਹੜੇ ਕੰਪਰੀਹੈਂਸ਼ਨ ਦੇ ਕੁਐਸਚਨਸ ਆ ਉਹਨਾਂ ਦੇ ਉੱਪਰ ਟਿੱਕ ਲਾਣੀ ਹੈ ਸਮਝ ਕੇ ਸੋਚ ਕੇ ਠੀਕ ਹੈ ਹੋਰ ਕੁਐਸਚਨਸ ਆਗੇ ਪਲੂਰਲ ਆਫ ਮੈਡਲ ਮੈਡਲ ਇੱਕ ਹੁੰਦਾ ਤੇ ਜੇਕਰ ਅਸੀਂ ਜਿਆਦਾ ਬਣਾਣੇ ਹੋਣ ਤੇ ਅਸੀਂ ਨਾਲ ਐਸ ਲਗਾਉਂਦੇ ਮੈਡਲਸ ਐਟ ਲਾਸਟ ਪੰਡਤ ਪੰਡਤ ਜਵਾਹਰ ਲਾਲ ਨਹਿਰੂ ਕਨਵਿੰਸਡ ਹਿਮ ਟੂ ਗੋ ਹਮ ਇੱਥੇ ਕਿਹਦੇ ਲਈ ਵਰਡ ਯੂਜ਼ ਕੀਤਾ ਗਿਆ ਮਿਲਖਾ ਸਿੰਘ ਲਈ ਕਿਉਂਕਿ ਪੰਡਿਤ ਜਵਾਰਾਲ ਨਹਿਰੂ ਨੇ ਕਿੰਨੂੰ ਮਨਾਇਆ ਸੀਗਾ ਮਿਲਖਾ ਸਿੰਘ ਨੂੰ ਇਸ ਕਰਕੇ ਅਸੀਂ ਮਿਲਖਾ ਸਿੰਘ ਦੇ ਉੱਪਰ ਟਿਕ ਕਰਾਂਗੇ ਬੱਚਾ ਨੈਕਸਟ ਕੁਐਸਚਨ ਹੈਗਾ ਕਿ ਨਾ ਇਹ ਦੇਖੋ ਟੇਸਟੀ ਫੂਡ ਸ਼ਾਪ ਇਹਦੇ ਵਿੱਚ ਟੂਡੇਜ਼ ਆਈਟਮ ਅੱਜ ਦੀਆਂ ਕਿਹੜੇ ਕਿਹੜੇ ਆਈਟਮਸ ਹੈ ਸੈਂਡਵਿਚ ਕਟਲਟਸ ਕੁਕੀਜ਼ ਐਂਡ 버ਗਰ ਆਨਾ ਇੱਕ ਹੇਗਾ ਚਾਰਟ দেয়া ਆ ਇਹਦੇ ਤੋਂ 베이스ਡ ਸੀ ਨਾ ਹੈ ਠਾਵਲੇ ਕੁਐਸਚਨਸ ਦੇ ਆਨਸਰ ਦੇਣੇ ਆ ਪਹਿਲਾ ਕੁਐਸਚਨ ਹੈਗਾ ਦਾ ਬਾਵੀ ਇਨਫੋਰਮੇਸ਼ਨ ਇਜ਼ ਅਬਾਊਟ ਹੁਣ ਇਹ ਵਾਲੀ ਇਨਫੋਰਮੇਸ਼ਨ ਕਿਦੇ ਬਾਰੇ ਵਿੱਚ ਉੱਪਰ ਲਿਖਿਆ ਨਾ ਟੇਸਟੀ ਫੂਡ ਸ਼ਾਪ ਮਤਲਬ ਫੂਡ ਸ਼ਾਪ ਹੈ ਇਸ ਕਰਕੇ ਅਸੀਂ ਬੀ ਦੇ ਉੱਤੇ ਟਿੱਕ ਲਾਵਾਂਗੇ ਨੈਕਸਟ ਕੁਐਸਚਨ ਹੈਗਾ ਵਿੱਚ ਫੂਡ ਆਈਟਮ ਵਿਲ ਨਾਟ ਗੈਟ ਟੂਡੇ ਅੱਜ ਕਿਹੜੀ ਫੂਡ ਆਈਟਮ ਨਹੀਂ ਹੈਗੀ ਤੇ ਉੱਪਰ ਦੇਖੋ ਸੈਂਡਵਿਚ ਵੀ ਹੈਗੇ ਕਟਲਟਸ ਵੀ ਕੁੱਕੀਜ਼ ਵੀ 버ਗਰਸ ਵੀ ਨੂਡਲਸ ਵੀ ਹੈਗੇ ਇਸ ਕਰਕੇ ਅਸੀਂ ਬੀ ਦੇ ਉੱਤੇ ਟਿਕ ਕਰਾਂਗੇ ਨੈਕਸਟ ਕੁਐਸਚਨ ਹੈਗਾ ਹਾਊ ਮੈਨੀ ਫੂਡ ਆਈਟਮਸ ਆਰ ਅਵੇਲੇਬਲ ਤੁਸੀਂ ਕਾਊਂਟ ਕਰ ਲਓ ਚਾਰ ਨੇ ਇਸ ਕਰਕੇ ਅਸੀਂ 4 ਦੇ ਉੱਪਰ ਟਿਕ ਕਰਾਂਗੇ ਤੇ ਬੱਚਾ ਨੈਕਸਟ ਕੁਐਸਚਨ ਦੇ ਵਿੱਚ ਨਾ ਸੋਫੇ ਦੇ ਪਿਛਲੇ ਪਾਸੇ ਇੱਕ ਪੇਂਟਿੰਗ ਲੱਗੀ ਆ ਇਹਨੇ ਕੁਐਸਚਨ ਪੁੱਛਿਆ ਆ ਕਿ ਦਾ ਪੇਂਟਿੰਗ ਇਜ਼ ਡੈਸ਼ ਦਾ ਸੋਫਾ ਮਤਲਬ ਸੋਫੇ ਦੇ ਪਿਛਲੇ ਪਾਸੇ ਲੱਗੀ ਇਸ ਕਰਕੇ ਅਸੀਂ ਬਿਹਾਈਂਡ ਤੇ ਟਿਕ ਕਰਾਂਗੇ choose opposite for the word solution solution ਦੇ ਅਪੋਜ਼ਿਟ ਕਿਹਦਾ ਹੈ ਪ੍ਰੋਬਲਮ ਇਸ ਕਰਕੇ ਅਸੀਂ ਪ੍ਰੋਬਲਮ ਦੇ ਉੱਤੇ ਟਿਕ ਕਰਾਂਗੇ ਨੈਕਸਟ ਕੁਐਸਚਨ ਦੇ ਵਿੱਚ ਨਾ ਇੱਕ ਚਾਰਟ ਦਿੱਤਾ ਚ ਵਰਡਸ ਲਿਖੇ ਆ ਸੀ ਨਾ मीनिंगफुल ਵਰਡ ਦੇਖਣਾ ਤੇ ਇਹ ਦੇਖ ਬੱਚਿਓ ਥਰੋਨ ਬਣਦਾ ਇਸ ਕਰਕੇ ਅਸੀਂ ਥਰੋਨ ਤੇ ਟਿਕ ਕਰਾਂਗੇ ਚੂਜ਼ ਦਾ ਆਡ ਵਨ ਆਊਟ ਹੁਣ ਦੇਖੋ ਪਿਜਨ ਸਪੈਰੋ ਤੇ ਪੈਰਟ ਤਿੰਨੋਂ ਬਰਡ ਹੈ ਬਟ ਫਰੌਗ ਨਹੀਂ ਹੈਗਾ ਇਸ ਕਰਕੇ ਅਸੀਂ ਫਰੌਗ ਤੇ ਟਿਕ ਕਰਾਂਗੇ find the silent letter in the word foreign ਇਹਦੇ ਵਿੱਚ ਅਸੀਂ ਜੀ ਨੂੰ ਨਹੀਂ ਬੋਲਦੇ ਇਸ ਕਰਕੇ ਜੀ ਵਰਡ ਜਿਹੜਾ ਉਹ ਸਾਈਲੈਂਟ ਹੈ ਫੋਰਨ ਦੇ ਵਿੱਚ ਇਸ ਕਰਕੇ ਅਸੀਂ ਜੀ ਦੇ ਉੱਤੇ ਟਿਕ ਕਰਾਂਗੇ 14th ਕੁਸਚਨ ਦੇ ਵਿੱਚ ਜੋਨੇ ਪੁੱਛਿਆ ਕਿ கரੈਕਟ ਸਪੈਲਿੰਗ ਕਿਹੜੇ ਆ ਤੇ ਸੀ ਵਾਲੇ ਹੈਗੇ ਕੋਟਯਰਸ 15th ਹੈਗਾ ਚੂਜ਼ ਦਾ ਇਨਕਰੈਕਟ ਸਟੇਟਮੈਂਟ ਤੇ ਇਹ ਵੇਖ ਬੱਚੇ ਹੀ ਸ਼ੀ ਤੇ ਕਿਸ ਦਾ ਨੇਮ ਹੋਵੇ ਉੱਥੇ ਆਪਾਂ ਐਸ ਲਾਈ ਦਾ ਆ ਵਰਬ ਦੇ ਨਾਲ ਬਟ ਇਹਨੇ ਆਈ ਦੇ ਨਾਲ ਆਇ ਲਾਈਕਸ ਟੂ ਪਲੇ ਇਸ ਕਰਕੇ ਰੋਂਗ ਹੈ ਚੂਜ਼ ਦਾ ਇਨਕਰੈਕਟ ਆਪਸ਼ਨ ਫਾਰ ਨਾਉਨ ਇਹਨਾਂ ਦੇ ਵਿੱਚੋਂ ਵਿਲੇਜ ਟਾਇਲਟ ਤੇ ਚਿਲਡਰਨ ਤਿੰਨੋਂ ਨਾਉਨ ਹੈ ਬਟ ਹੈਲਥ ਨਹੀਂ ਹੈਗਾ ਚੂਜ਼ ਦਾ ਇਨਕਰੈਕਟ ਸਟੇਟਮੈਂਟ ਡੈਸ਼ ਵਾਰ ਡਾਂਸਿੰਗ ਹੁਣ ਦੇਖੋ ਨਾ ਵਾਰ ਲੱਗਿਆ ਇਸ ਕਰਕੇ ਪਲਿਊਰਲ ਤਾਂ ਆਊਗਾ ਬੁਆਏਸ ਚਿਲਡਰਨ men ਬਟ ਲੇਡੀ ਨਹੀਂ ਆਏਗਾ ਇਸ ਕਰਕੇ ਲੇਡੀ ਤੇ ਟਿਕ ਕਰਾਂਗੇ ਨੈਕਸਟ ਹੈਗਾ ਚੂਜ਼ ਦਾ ਕਰੈਕਟ ਆਪਸ਼ਨ ਟੂ ਸਪੀਕ ਦਾ ਟਰੁਥ ਹੰਦਾ ਚੂਜ਼ ਦਾ ਕਰੈਕਟ ਸਟੇਟਮੈਂਟ ਇਹਦੇ ਵਿੱਚ ਦਾ ewomen ਲਾਈਕਡ ਦਾ ਆਈਡੀਆ ਇਹ ਸਹੀ ਹੈ ਚੂਜ਼ ਦਾ ਕਰੈਕਟ ਆਪਸ਼ਨ ਰਾਹੁਲ ਇਜ਼ ਟਾਲਰ ਬੱਚੇ ਜਦੋਂ ਵੀ ਦੋ ਜਣਿਆਂ ਵਿੱਚ ਕੰਪੈਰੀਜ਼ਨ ਕੀਤਾ ਹੋਏ ਉਦੋਂ ਪਿੱਛੇ ਈ ਆਰ ਲਾਈਦਾ ਇਸ ਕਰਕੇ ਅਸੀਂ ਕਵਾਂਗੇ ਰਾਹੁਲ ਇਜ਼ ਟਾਲਰ ਬੱਚੇ ਹੋਗੇ ਤੁਹਾਡੇ 20 ਕੁਐਸਚਨ ਸਬਜੈਕਟਿਵ ਟਾਈਪ ਹੁਣ ਅੱਗੇ ਹੈਗੇ ਆ ਸਬਜੈਕਟਿਵ ਟਾਈਪ ਇਹਦੇ ਵਿੱਚ ਤੁਸੀਂ ਕੁਐਸਚਨਸ ਦੇ ਆਨਸਰ ਦੇਣੇ ਕੋਈ ਚਾਰ ਕੁਐਸਚਨਸ ਦੇ ਪਹਿਲਾ ਹੈਗਾ ਹੂ ਲਿਵਡ ਨੀਅਰ ਦਾ ਪਾਉਂਡ ਨੈਕਸਟ ਹੈਗਾ ਵੇਅਰ ਵੇਅਰ ਇਜ਼ ਐਨ ਏਟੀਐਮ ਕਾਰਡ ਹੂ ਹੈਲਪ ਦਾ ਸ਼ੂ ਸ਼ੂ ਮੇਕਰ ਹੂ ਗੇਵ ਮਿਲਖਾ ਸਿੰਘ ਦਾ ਟਾਈਟਲ ਆਫ ਲਾਈਂਗ ਸਿੱਖ ਹਾਊ ਡਿਡ ਬੀਰਬਲ ਸੋਲਵ ਦਾ ਪ੍ਰੋਬਲਮ ਵਟ ਕਾਈਂਡ ਆਫ ਸਕਿਨ ਡਸ ਦਾ ਗ੍ਰੈਂਡ ਮਦਰ ਹੈਵ ਇਹਦੇ ਵਿੱਚ ਬੱਚਿਓ 6 ਦਿੱਤੇ ਜੋ ਤੁਸੀਂ ਐਨੀ 4 ਕਰਨੇ ਆ ਉਸ ਤੋਂ ਬਾਅਦ 22 ਕੁਐਸਚਨ ਹੈਗਾ राइट वर्ड्स रिलेटेड टू बैंक बैंक ਨਾਲ रिलेटेड ਵਰਡਸ ਲਿਖਨੇ ਆ ਕਿ ਜਦੋਂ ਅਸੀਂ ਬੈਂਕ ਵਿੱਚ ਜਾਂਦੇ ਆ ਤੇ ਉੱਥੇ ਜਿਵੇਂ ਕੈਸ਼ ਹੋ ਗਿਆ ਮਨੀ ਹੋ ਗਈ ਕੈਸ਼ੀਅਰ ਹੋ ਗਿਆ ਇਹੋ ਜੇ ਤੁਸੀਂ 5 ਵਰਡਸ ਲਿਖਨੇ ਆ ਉਸ ਤੋਂ ਬਾਅਦ ਇਹ ਦੇਖੋ ਬੱਚਿਓ ਪਿਕਚਰ ਬਣੀ ਹੋਈ ਹੈ ਅਰਥ ਦੀ ਇਹ ਠਾਂ ਉਹ ਗਰਮ ਹੋ ਰਹੀ گلوبਲ ਵਾਰਮਿੰਗ ਹੈ ਸੇਵ ਮੀ ਆਈ ਵਿਲ ਸੇਵ ਯੂ ਇਹਦੇ ਬਾਰੇ ਚ ਨਾ ਤੁਸੀਂ ਦੋ ਲਾਈਨਾਂ ਲਿਖਣੀਆਂ ਹਨ ਲਾਸਟ ਕੁਐਸਚਨ ਹੈਗਾ ਫਿਲਪਸ ਇਹਦੇ ਵਿੱਚ ਉੱਪਰ ਵਰਡਸ ਦਿੱਤੇ ਹੋਏ ਲ 11 ਫਰੈਂਡਸ ਕੈਪਟਨ ਗੇਮਸ ਫੇਵਰਿਟ ਹੁਣ ਇਹ ਚ ਆਪਾਂ ਦੇਖਦੇ ਆ ਪਹਿਲਾ ਹੈਗਾ ਆਈ ਏਮ ਵੈਰੀ ਗੁੱਡ ਐਟ ਇਹਦੇ ਵਿੱਚ ਕੀ ਆਏਗਾ ਗੇਮਸ ਫੁੱਟਬਾਲ ਇਜ਼ ਮਾਈ ਫੇਵਰਿਟ ਗੇਮ ਆਈ ਪਲੇ ਫੁੱਟਬਾਲ ਵਿਦ ਮਾਈ ਫਰੈਂਡਸ ਵੀ ਆਰ 11 ਟੀਮ ਮੈਂਬਰਸ ਆਈ ਏਮ ਦਾ ਕੈਪਟਨ ਆਫ ਦਾ ਟੀਮ ਐ ਬੱਚਿਓ ਤੁਸੀਂ ਆਪਣੀ ਅੰਡਰਸਟੈਂਡਿੰਗ ਦੇ ਨਾਲ ਇਹ ਜਿਹੜੀਆਂ ਫਿਲਪਸ ਦੇ ਉੱਪਰ ਆਪਸ਼ਨ ਦਿੱਤੀਆਂ ਇਹਨਾਂ ਨੂੰ ਭਰਨਾ ਉਸ ਤੋਂ ਬਾਅਦ ਬੱਚਿਓ 10 ਮਾਰਕਸ ਜਿਹੜੇ ਆ ਨਾ ਤੁਹਾਡੇ ਗੁੱਡ ਹੈਂਡਰਾਈਟਿੰਗ ਦੇ ਆ। ਇਸ ਕਰਕੇ ਬੱਚਿਓ ਸਾਰੇ ਹੀ ਬੱਚਾ ਨੇ ਜਦੋਂ ਵੀ ਰਾਈਟ ਕਰਨਾ ਆ ਹਮੇਸ਼ਾ ਅੱਖਰਾਂ ਦੀ ਸ਼ੇਪ ਸਾਈਜ਼ ਤੇ ਕਿਸ ਤਰੀਕੇ ਨਾਲ ਪੈ ਰਿਹਾ ਇਸ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਇੱਕ ਦਿਨ ਵਿੱਚ ਤੁਹਾਡੀ ਹੈਂਡਰਾਈਟਿੰਗ ਗੁੱਡ ਨਹੀਂ ਹੋ ਜਾਣੀ ਤੁਹਾਨੂੰ ਡੇਲੀ ਪ੍ਰੈਕਟਿਸ ਕਰਨੀ ਪੈਣੀ ਆ। ਇਸ ਕਰਕੇ ਬੱਚਿਓ ਅੱਜ ਤੋਂ ਹੀ ਆਪਣੀ ਹੈਂਡਰਾਈਟਿੰਗ ਨੂੰ ਸੋਨਾ ਜਿਹਾ ਬਣਾ ਲਓ ਤਾਂ ਕਿ 10 ਨੰਬਰ ਜਿਹੜੇ ਆ ਉਹ ਤੁਹਾਡੇ ਪੱਕੇ ਹੋ ਜਾਣ। Best of luck.